ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਆ ਸੁਪਰ ਫਾਸਟ ਖਬਰਾਂ ਤੇ, ਉਸ ਤੋਂ ਬਾਅਦ ਗੱਲ ਕਰਾਂਗੇ ਵਿਸਥਾਰ ਦੇ ਨਾਲ। ਕੋਰੋਨਾ ਦੇ ਇਲਾਜ ਲਈ ਸਿਪਲਾ ਨੇ ਲਾਂਚ ਕੀਤੀ ਸੁਪਰੀਮੀ ਦਵਾਈ, ਸਰਕਾਰ ਨੇ ਦਿੱਤੀ ਮਨਜ਼ੂਰੀ। ਕੇਜਰੀਵਾਲ ਸਰਕਾਰ ਦਿੱਲੀ ਵਿੱਚ ਕੰਟੇਨਮੈਂਟ ਜ਼ੋਨ ਨਵੇਂ ਸਿਰੇ ਤੋਂ ਕਰਨਗੇ ਤੈਅ। 20,000 ਲੋਕਾਂ ਦਾ ਸੀਰੋਲੋਜੀਕਲ ਸਰਵੇ ਵੀ ਹੋਵੇਗਾ। ਭਾਜਪਾ ਦਾ ਰਾਹੁਲ ਗਾਂਧੀ ਤੇ ਪਲਟਵਾਰ, ਪੀਐਮ ਮੋਦੀ ਇਨਸਾਨਾਂ ਦੇ ਨਹੀਂ ਭਗਵਾਨਾਂ ਦੇ ਵੀ ਨੇਤਾ ਨੇ। ਜੇਕਰ ਭਾਰਤੀ ਸੀਮਾ ਵਿੱਚ ਕੋਈ ਨਹੀਂ ਆਇਆ ਤਾਂ LAC ਤੇ 20 ਜਵਾਨ ਕਿਉਂ ਸ਼ਹੀਦ ਹੋਏ? ਕਾਂਗਰਸ ਨੇ ਪੀਐਮ ਮੋਦੀ ਤੋਂ ਪੁੱਛਿਆ ਸਵਾਲ। ਚੀਨ ਨੂੰ ਆਰਥਿਕ ਮੋਰਚੇ ਤੇ ਚੋਟ ਪਹੁੰਚਾਉਣ ਦੀ ਤਿਆਰੀ ਚ ਭਾਰਤ ਸਰਕਾਰ ਨੇ ਮੰਗੀ ਚੀਨੀ ਸਮਾਨ ਦੀ ਜਾਣਕਾਰੀ। ਚਾਈਨੀਜ਼ ਕੰਪਨੀਆਂ ਦੇ ਵਿਰੋਧ ਤੋਂ ਬਾਅਦ ਹਰਕਤ ਚ ਆਈ BCCI, ਅਗਲੇ ਹਫਤੇ ਹੋਵੇਗੀ ਵੱਡੀ ਬੈਠਕ। ਪੰਜਾਬ ਵਿੱਚ ਅੱਜ 122 ਨਵੇਂ ਕੋਰੋਨਾ ਮਰੀਜ਼, ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,000 ਨੂੰ ਹੋਈ ਪਾਰ। ਟ੍ਰੈਫਿਕ ਪੁਲਿਸ ਦੇ ਨੌਜਵਾਨ ਤੇ ਚੜਾਈ ਗੱਡੀ, ਸਬ ਇੰਸਪੈਕਟਰ ਜ਼ਖਮੀ। ਨਹੀਂ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ, ਨਤੀਜੇ ਦੇ ਐਲਾਨ ਦੀ ਤਿਆਰੀ। ਗੁਰਦਾਸਪੁਰ ਚ ਫੌਜੀ ਜਵਾਨ ਦੀ ਡਿਊਟੀ ਦੌਰਾਨ ਬਿਮਾਰੀ ਨਾਲ ਮੌਤ, ਜੱਦੀ ਪਿੰਡ ਕੀਤਾ ਗਿਆ ਅੰਤਮ ਸੰਸਕਾਰ। ਪੰਜਵੇਂ ਦਿਨ ਵੀ ਨਹੀਂ ਮਿਲੇ ਨਵਜੋਤ ਸਿੰਘ ਸਿੱਧੂ, ਕੋਠੀ ਦੇ ਚੱਕਰ ਕੱਟਦੀ ਰਹੀ ਬਿਹਾਰ ਪੁਲਿਸ। ਪੰਜਾਬ ਚ 5,00,000 ਲੋਕਾਂ ਨੂੰ ਮਿਲੇਗਾ ਰੁਜ਼ਗਾਰ, ਕੈਪਟਨ ਸਰਕਾਰ ਨੇ ਉਲੀਕੀ ਨਵੀਂ ਯੋਜਨਾ। ਸੁਪਰ ਫਾਸਟ ਖਬਰਾਂ ਤੋਂ ਬਾਅਦ ਹੁਣ ਗੱਲ ਕਰਦੇ ਆ ਪੰਜਾਬ ਦੀ ਖਬਰਾਂ ਦੇ ਉੱਪਰ ਵਿਸਥਾਰ ਕੀ ਹੈ। ਪੰਜਾਬ ਦੇ ਵਿੱਚ ਪਹਿਲੀ ਜਿਹੜੀ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ, ਇਸ ਵੱਡੀ ਖਬਰ ਦੇ ਉੱਪਰ ਕਰਦੇ ਆ। ਪੰਜਾਬ ਦੇ ਵਿੱਚ 5,00,000 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਸਤੇ ਸੱਤਾ ਦੇ ਅੰਦਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੱਡਾ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਘਰ ਘਰ ਨੌਕਰੀ ਦਿੱਤੀ ਜਾਊਗੀ ਤੇ ਇਹ ਵਾਅਦਾ ਜਿਹੜਾ ਕਿ ਕਾਫੀ ਲੰਬਾ ਪੈ ਗਿਆ। ਪਹਿਲਾਂ 3 ਸਾਲਾਂ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ, ਉਸ ਤੋਂ ਬਾਅਦ ਹੁਣ ਜਦੋਂ ਸਰਕਾਰ ਨੇ ਕੁਝ ਕਰਨਾ ਸੀ ਤਾਂ ਕੋਰੋਨਾ ਵਾਇਰਸ ਨੇ ਆਪਣੀ ਦਸਤਕ ਦੇ ਦਿੱਤੀ ਹੈ, ਜਿਸ ਕਰਕੇ ਇਹ ਸਾਰਾ ਕੰਮਕਾਰ ਰੁਕ ਗਿਆ। ਹੁਣ ਕੈਪਟਨ ਸਾਹਿਬ ਨੇ ਲਾਕਡਾਊਨ ਦੇ ਵਿੱਚ ਬੇਰੁਜ਼ਗਾਰ ਹੋਏ ਲੋਕਾਂ ਨੂੰ ਦਲਾਸਾ ਦੇਣ ਵਾਸਤੇ ਇੱਕ ਹੋਰ ਨਵਾਂ ਵਾਅਦਾ ਕਰ ਲਿੱਤਾ ਹੈ। ਪੰਜਾਬ ਸਰਕਾਰ ਨੇ ਲਾਕਡਾਊਨ ਦੇ ਵਿੱਚ ਕਰਫਿਊ ਕਾਰਨ ਨੌਕਰੀਆਂ ਗਵਾ ਚੁੱਕੇ ਘੱਟੋ ਘੱਟ 5,00,000 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਹੈ ਤੇ ਸਰਕਾਰ ਉਹਨਾਂ ਦੀਆਂ ਕੰਪਨੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੈਕਟਰਾਂ ਦੇ ਵਿੱਚ ਬੇਰੁਜ਼ਗਾਰਾਂ ਨੂੰ ਕੰਮ ਦਿਵਾਉਣ ਦੇ ਵਿੱਚ ਵੀ ਵੱਡੀ ਸਹਾਇਤਾ ਕਰਨ ਦੀ ਗੱਲ ਕਰ ਰਹੀ ਹੈ। ਸੋ ਹੁਣ ਰੁਜ਼ਗਾਰ ਜਿਹੜੇ ਤੁਹਾਡੇ ਖੁੱਸ ਚੁੱਕੇ ਨੇ, ਇਹਨਾਂ ਰੁਜ਼ਗਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖੁਦ ਆਪਣੇ ਹੀਲੇ ਵਸੀਲੇ ਦੇ ਨਾਲ ਤੁਹਾਡੇ ਤੱਕ ਪਹੁੰਚਦੇ ਕਰੂਗੀ। ਮਜ਼ਦੂਰਾਂ ਤੋਂ ਲੈ ਕੇ ਉਦਯੋਗਪਤੀਆਂ ਤੱਕ, ਨਿੱਜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ। ਰੁਜ਼ਗਾਰ ਸਿਰਜਣਾ ਵਿਭਾਗ ਸਕੱਤਰ ਰਾਹੁਲ ਤਿਵਾੜੀ ਨੇ ਇਸ ਗੱਲ ਨੂੰ ਕਿਹਾ ਕਿ ਇਸ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਦਾ ਡੇਟਾ ਤਿਆਰ ਕੀਤਾ ਜਾਊਗਾ। ਉਸ ਤੋਂ ਬਾਅਦ ਅਧਿਕਾਰੀਆਂ ਦੇ ਟੀਚੇ ਤੈਅ ਕੀਤੇ ਜਾਣਗੇ। 45 ਦਿਨਾਂ ਦੇ ਵਿੱਚ 6,000 ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਦਦ ਕਰਨੀ ਸਾਡਾ ਯਕੀਨੀ ਹੈ ਤੇ ਇਸ ਸਮੇਂ 150 ਲੋਕ ਸਿਖਲਾਈ ਇਹਨਾਂ ਨੂੰ ਦਿੱਤੀ ਜਾ ਰਹੀ ਹੈ। ਸੋ 150 ਲੋਕ ਜਿਹੜੇ ਕਿ ਸਿਖਲਾਈ ਇਸ ਵਕਤ ਲੈ ਰਹੇ ਨੇ, ਕਿਸ ਚੀਜ਼ ਦੀ ਸਿਖਲਾਈ ਲੈ ਰਹੇ ਨੇ? ਪੰਜਾਬ ਸਰਕਾਰ ਬੇਰੁਜ਼ਗਾਰ ਲੋਕਾਂ ਨੂੰ ਹੁਣ ਰੁਜ਼ਗਾਰ ਮੁਹੱਈਆ ਕਰਾਉਣ ਵਾਸਤੇ ਸਿਖਲਾਈ ਦੇਵੇਗੀ। ਕਿਵੇਂ ਰੁਜ਼ਗਾਰ ਤੁਸੀਂ ਪ੍ਰਾਪਤ ਕਰਨਾ, ਰੁਜ਼ਗਾਰ ਸਥਾਪਿਤ ਕਿਵੇਂ ਕਰਨਾ, ਸਰਕਾਰ ਮੁਦਰਾ ਯੋਜਨਾ ਦੇ ਤਹਿਤ ਲੋਨ ਮੁਹੱਈਆ ਤੁਹਾਡੇ ਤੱਕ ਕਰਵਾਵੇਗੀ, ਬੇਰੁਜ਼ਗਾਰਾਂ ਨੂੰ ਮਾਈਕਰੋ ਉਦਯੋਗ ਸ਼ੁਰੂ ਕਰਨ ਵਾਸਤੇ ਸਹਾਇਤਾ ਦੇਵੇਗੀ, ਉਹਦੇ ਨਾਲ ਨਾਲ ਇਹਨਾਂ ਹੀ ਸਰਕਾਰ ਦੁਆਰਾ ਤਿਆਰ ਕੀਤਾ ਗਿਆ ਮਾਲ, ਜੋ ਤਿਆਰ ਕੀਤਾ ਗਿਆ ਉਹ ਮਾਲ ਨੂੰ ਵੀ ਸਰਕਾਰ ਜਿਹੜੇ ਕਿ ਛੇਤੀ ਤੋਂ ਛੇਤੀ ਚੁਕਵਾਵੇਗੀ, ਬਕਵਾਵੇਗੀ। ਇੱਥੋਂ ਤੱਕ ਵੀ ਮਦਦ ਜਿਹੜੀ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਦਸਤਕ ਪੰਜਾਬ ਦੇ ਵਿੱਚ ਵਿਧਾਨ ਸਭਾ ਵੋਟਾਂ ਦੀ ਦਸਤਕ ਹੈ। ਪੰਜਾਬ ਦੇ ਵਿੱਚ ਬਹੁਤ ਜਲਦ ਵਿਧਾਨ ਸਭਾ ਦੀਆਂ ਵੋਟਾਂ ਆ ਰਹੀਆਂ ਨੇ, ਜਿਸਦੇ ਮੱਦੇਨਜ਼ਰ ਹੁਣ ਪੰਜਾਬ ਦੇ ਲੋਕਾਂ ਵਾਸਤੇ ਨਵੇਂ ਨਵੇਂ ਆਫਰ ਸਰਕਾਰ ਵੱਲੋਂ ਕੱਢੇ ਜਾ ਰਹੇ ਨੇ। ਇੱਕ ਵੱਡੀ ਖਬਰ ਦੇ ਉੱਪਰ ਰੋਕ ਕਰਦੇ ਆ, ਜਿੱਥੇ ਦੱਸਿਆ ਜਾ ਰਿਹਾ ਕਿ ਚੀਨ ਦੇ ਸਮਾਨ ਦਾ ਬਾਇਕਾਟ ਕੀਤਾ ਜਾ ਰਿਹਾ। ਚੀਨ ਦੇ ਉੱਪਰ ਵੱਡਾ ਹਮਲਾ, ਪਹਿਲਾਂ ਪਾਕਿਸਤਾਨ ਦੇ ਨਾਲ ਇੱਕ ਵੱਡਾ ਪੰਗਾ ਹੋਇਆ ਸੀ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇਹ ਹਮਲਾ ਵੱਡਾ ਭਾਰੀ ਪੈ ਗਿਆ ਸੀ, ਬੜਾ ਮਹਿੰਗਾ ਪੈ ਗਿਆ ਸੀ ਤੇ ਹੁਣ ਚੀਨ ਦੇ ਨਾਲ ਜਿਹੜਾ ਕਿ ਵਪਾਰ ਨੂੰ ਕੱਟ ਆਊਟ ਕਰਨ ਦੀ ਗੱਲਾਂ ਜਿਹੜੀਆਂ ਕਿ ਤੁਸੀਂ ਰੋਜ਼ਾਨਾ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਹੇ ਹੋ, ਪਰ ਲੁਧਿਆਣਾ ਵਾਸੀਆਂ ਵਾਸਤੇ ਇੱਕ ਵੱਡੀ ਦੁਖਦਾਈ ਖਬਰ ਹੈ। ਪਾਕਿਸਤਾਨ ਦੇ ਨਾਲ ਹੋਈ ਤਲਖੀ ਚ ਪੰਜਾਬ ਨੂੰ ਵਪਾਰਕ ਤੌਰ ਤੇ ਵੱਡਾ ਨੁਕਸਾਨ ਹੋਇਆ, ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਇਆ। ਇਹ ਨੁਕਸਾਨ ਦਾ ਫੱਟ ਅਜੇ ਭਰਿਆ ਨਹੀਂ ਸੀ ਤੇ ਡ੍ਰੀਮ ਪ੍ਰੋਜੈਕਟ ਦੇ ਉੱਪਰ ਚੀਨੀ ਹਮਲਾ ਹੋ ਗਿਆ।
ਸੋ ਇਹ ਵੱਡਾ ਹਮਲਾ ਭਾਰਤ ਚੀਨ ਦੇ ਵਿਚਾਲੇ ਸਬੰਧਾਂ ਦੇ ਆਈ ਕਰਵਾਹਟ ਨੂੰ ਲੈ ਕੇ ਆ। ਪੰਜਾਬ ਦੇ ਵਿੱਚ ਆਉਣ ਵਾਲੇ ਨਿਵੇਸ਼ ਜਿਹੜੇ ਨੇ ਉਹ ਵਿਗੜ ਗਏ ਨੇ। ਹੁਣ ਪੰਜਾਬ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਸੀ, ਤੁਹਾਨੂੰ ਯਾਦ ਹੋਵੇ ਸੁਖਬੀਰ ਸਿੰਘ ਬਾਦਲ ਜਦੋਂ ਚੀਨ ਦੀ ਯਾਤਰਾ ਤੇ ਗਏ ਸੀ ਤਾਂ ਉਹਨਾਂ ਨੇ ਸਾਈਕਲ ਉਦਯੋਗ ਨੂੰ ਜਿਹੜਾ ਕਿ ਵਡਾਵਾ ਦੇਣ ਵਾਸਤੇ ਕੁਝ ਵੱਡੇ ਕਦਮ ਉੱਥੇ ਚੱਕੇ ਸਨ। ਇੰਡਸਟਰੀ ਹੱਬ ਡ੍ਰੀਮ ਪ੍ਰੋਜੈਕਟ ਸਾਈਕਲ ਵੈਲੀ ਫਿਲਹਾਲ ਮੁਸ਼ਕਲ ਦੀ ਘੜੀ ਦੇ ਵਿੱਚ ਆ ਕੇ ਖੜ ਗਈ। ਇਸ ਪ੍ਰੋਜੈਕਟ ਵਿੱਚ 5,000 ਕਰੋੜ ਰੁਪਏ ਦਾ ਨਿਵੇਸ਼ ਹੋਣਾ ਸੀ। ਦੇਰੀ ਕਰਕੇ ਬਹੁਤ ਸਾਰੇ ਨਿਵੇਸ਼ਕ ਪਹਿਲੇ ਪ੍ਰੋਜੈਕਟ ਤੋਂ ਬਾਹਰ ਹੋ ਗਏ। ਉਹ ਕਹਿੰਦੇ ਜੀ ਟਾਈਮ ਲੱਗ ਗਿਆ ਬਹੁਤ। ਇਹਦੇ ਨਾਲ ਹੀ ਭਾਰਤ ਚੀਨ ਚ ਵੱਧ ਰਿਹਾ ਜਿਹੜਾ ਤਣਾਅ ਹੈ ਪ੍ਰੋਜੈਕਟ ਨੂੰ ਹੋਰ ਮੁਸ਼ਕਲਾਂ ਦੇ ਵਿੱਚ ਲਿਆ ਕੇ ਖੜਾ ਕਰ ਸਕਦਾ ਹੈ। ਵੱਡੀਆਂ ਰੁਕਾਵਟਾਂ ਇਸ ਪ੍ਰੋਜੈਕਟ ਦੇ ਵਿੱਚ ਪੰਜਾਬ ਦੇ ਜਿੱਥੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇੱਕ ਗੱਲ ਕਹੀ ਹੈ, ਕਹਿੰਦੇ ਭਾਈ ਸਾਈਕਲ ਵੈਲੀ ਸਾਡੇ ਲਈ ਮਹੱਤਵਪੂਰਨ ਪ੍ਰੋਜੈਕਟ ਹੈ। ਹੁਣ ਸਾਡਾ ਧਿਆਨ ਚੀਨੀ ਕੰਪਨੀਆਂ ਤੇ ਨਹੀਂ ਹੈ। ਚੀਨ ਤੋਂ ਬਹੁਤ ਸਾਰੀਆਂ ਕੰਪਨੀਆਂ ਆਪਣੀ ਇਕਾਈਆਂ ਨੂੰ ਬਾਹਰ ਭੇਜਣ ਲਈ ਤਿਆਰ ਨੇ। ਉਹਨਾਂ ਨੂੰ ਉਮੀਦ ਹੈ ਕਿ ਚੀਨ ਤੋਂ ਬੜੀਆਂ ਕੰਪਨੀਆਂ ਪੰਜਾਬ ਦੇ ਵਿੱਚ ਮੂਵ ਹੋ ਕੇ ਆ ਜਾਣਗੀਆਂ। ਸਾਡੇ ਇਨਵੈਸਟਰ ਨੇ ਜੋ ਪੰਜਾਬ ਟੀਮ ਇਸ ਦੇ ਲਈ ਕਈ ਦੇਸ਼ਾਂ ਦੇ ਨਾਲ ਸੰਪਰਕ ਕਰ ਰਹੀ ਹੈ। ਕੋਈ ਘਬਰਾਉਣ ਦੀ ਲੋੜ ਨਹੀਂ, ਕੋਈ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਬਹੁਤ ਸਾਰੀਆਂ ਨਾਵਰ ਕੰਪਨੀਆਂ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਸਾਈਕਲ ਵੈਲੀ ਦੇ ਕਈ ਦੇਸ਼ਾਂ ਦੇ ਵਿੱਚ ਕੰਪਨੀਆਂ ਦੇ ਨਿਵੇਸ਼ ਲਿਆਂਦਾ ਜਾਊਗਾ ਤੇ ਇਹ ਕੰਮ ਕਿਸੇ ਵੀ ਤਰ੍ਹਾਂ ਰੁਕਣ ਨਹੀਂ ਦਿੱਤਾ ਜਾਊਗਾ। ਵੱਡਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਊਗਾ। ਸੋ ਕਿੰਨਾ ਕੁ ਫਾਇਦਾ ਹੋਊਗਾ ਇਹਦਾ ਆਉਣ ਵਾਲਾ ਟਾਈਮ ਦੱਸੂਗਾ। ਪਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਨਾਲ ਜਦੋਂ ਵਪਾਰ ਦੇ ਅੰਦਰ ਵੱਡੀ ਬ੍ਰੇਕ ਲੱਗੀ ਹੈ ਤਾਂ ਪਾਕਿਸਤਾਨ ਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਸੀ ਜਦੋਂ ਕਈ ਕੰਮਕਾਰ ਪੰਜਾਬ ਦੇ ਵਿੱਚੋਂ ਚੱਲ ਕੇ ਪਾਕਿਸਤਾਨ ਪਹੁੰਚਦੇ। ਇੱਕ ਹੋਰ ਖਬਰ ਦੇ ਉੱਪਰ ਚੱਲਦੇ ਹਾਂ ਜੀ। ਵੱਡੀ ਖਬਰ ਅੱਜ ਸਾਰਾ ਦਿਨ ਸੁਰਖੀਆਂ ਬਣ ਕੇ ਰਹੀ ਆ। ਭਾਰਤੀ ਕਿਸਾਨ ਹੁਣ ਕਹਿੰਦੇ ਜੀ ਇਹਨਾਂ ਦੇ ਵਾਰੇ ਨਿਆਰੇ ਹੋਣਗੇ। ਬਾਸਮਤੀ ਚੌਲ ਵਿਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਇਹਦੀ ਮੰਗ ਕੀਤੀ ਜਾ ਰਹੀ ਹੈ। ਸੋ ਜਿੱਥੇ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਪਾਣੀਆਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬਦਲਵੀਆਂ ਫਸਲਾਂ ਦੀ ਜਿਹੜੀ ਕਿ ਰੋਜ਼ਾਨਾ ਖਬਰਾਂ ਆਪਾਂ ਸੁਣਦੇ ਹਾਂ ਕਿ ਕਿਸਾਨਾਂ ਨੂੰ ਝੋਨਾ ਤੇ ਕਣਕ ਨੂੰ ਛੱਡ ਕੇ ਕੋਈ ਹੋਰ ਫਸਲਾਂ ਦਾ ਰੁਝਾਨ ਦੇਣਾ ਚਾਹੀਦਾ, ਉੱਥੇ ਐਸੇ ਟਾਈਮ ਦੇ ਉੱਪਰ ਇੱਕ ਇੱਦਾਂ ਦੀ ਖਬਰ ਕਿਤੇ ਨਾ ਕਿਤੇ ਫਿਰ ਬਾਸਮਤੀ ਨੂੰ ਲਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰ ਸਕਦੀ ਹੈ। ਅਜੋਕੇ ਦੌਰ ਵਿੱਚ ਜਿੱਥੇ ਆਰਗੈਨਿਕ ਵਸਤੂਆਂ ਦੀ ਮੰਗ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਕੀਟਨਾਸ਼ਕ ਦਵਾਈਆਂ ਤੋਂ ਰਹਿਤ ਖਾਣਾ ਜ਼ਿਆਦਾ ਚੀਜ਼ਾਂ ਦੇ ਉੱਪਰ ਇਹਨਾਂ ਨੂੰ ਤਰਜੀਹ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਕਿ ਆਰਗੈਨਿਕ ਹੈ, ਇਹਦਾ ਅਸਰ ਹੁਣ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ। ਦਰਅਸਲ ਭਾਰਤ ਦੇ ਵਿੱਚ ਬਾਸਮਤੀ ਜਿਹੜੇ ਕਿ ਕੀਟਨਾਸ਼ਕਾਂ ਵਰਤੀਆਂ ਜਾਂਦੀਆਂ ਨੇ, ਉਹ ਦਵਾਈਆਂ ਜੋ ਇਹ ਸੀਡਸ ਨੇ ਵਰਤੇ ਜਾਂਦੇ ਨੇ, ਇਹਨਾਂ ਦੇ ਵਿੱਚ ਕਾਫੀ ਮੁਸ਼ਕਲਾਂ ਕਾਫੀ ਪ੍ਰੋਬਲਮਾਂ ਨੇ ਤੇ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਦੀ ਮੰਗ ਵਧਣ ਲੱਗ ਗਈ ਹੈ। ਲਾਹਾ ਸੁਭਾਵਿਕ ਤੌਰ ਤੇ ਭਾਰਤ ਦੇ ਕਿਸਾਨਾਂ ਨੂੰ ਮਿਲੂਗਾ। ਬਾਸਮਤੀ ਜੋ ਉਤਪਾਦਕ ਫਸਲ ਹੈ ਇਹਦੇ ਉੱਪਰ ਕੀਟਨਾਸ਼ਕ ਦੀ ਵਰਤੋਂ ਨਾ ਕਰਨ ਵਾਲੇ ਦਰਾਮ ਮੁੜ ਕੇ ਜਿਹੜਾ ਕਿ ਇੱਕ ਵਾਰ ਫਿਰ ਸਰਗਰਮ ਹੋ ਚੁੱਕੇ ਹੈ। ਦਰਅਸਲ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਭਾਰਤ ਦੇ ਵਿੱਚ ਬਾਸਮਤੀ ਦੇ ਅੰਦਰ ਕੀਟਨਾਸ਼ਕਾਂ ਦੀ ਜੋ ਮਿਕਦਾਰ ਜ਼ਿਆਦਾ ਪਾਈ ਜਾਂਦੀ ਸੀ, ਇਸ ਕਰਕੇ ਬਾਸਮਤੀ ਚੌਲ ਜਿਹੜੇ ਸੀ ਉਹ ਖਰੀਦਦਾਰ ਖਰੀਦਣ ਤੋਂ ਪਿੱਛੇ ਹੱਥ ਖਿੱਚ ਲੈਂਦੇ ਸੀ। ਉਹ ਕਹਿੰਦੇ ਸੀ ਇਹਦੇ ਵਿੱਚ ਜੋ ਦਵਾਈਆਂ ਦਾ ਛਿੜਕਾਅ ਕੀਤਾ ਹੋਇਆ, ਇਸ ਕਰਕੇ ਅਸੀਂ ਇਸ ਫਸਲ ਨੂੰ ਨਹੀਂ ਲੈ ਸਕਦੇ। ਪਰ ਹੁਣ ਕਹਿੰਦੇ ਜੀ ਜੇਕਰ ਇਹਦੇ ਵਿੱਚ ਦਵਾਈ ਨਹੀਂ ਪਾਈ, ਔਰਗੈਨਿਕ ਢੰਗ ਨਾਲ ਬਣਾਈ ਹੈ ਇਹ ਫਸਲ, ਤਾਂ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਹੁਣ ਇੱਕ ਵਾਰ ਫਿਰ ਮੁੜ ਉਮੀਦ ਦੀ ਕਿਰਨ ਜਿਹੜੀ ਕਿਸਾਨਾਂ ਵਾਸਤੇ ਜਾਗੀ ਹੈ। ਭਾਰਤੀ ਬਾਸਮਤੀ ਦੀ ਮੰਗ ਦਿਨ ਪਰ ਦਿਨ ਵਧਣ ਲੱਗ ਗਈ ਹੈ। ਭਾਰਤੀ ਜੋ ਖੇਤੀ ਸਕੱਤਰ ਨੇ ਡਾਕਟਰ ਕਾਹਨ ਸਿੰਘ ਪੰਨੂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਬਾਸਮਤੀ ਉਤਪਾਦਕਾਂ ਨੂੰ ਚੰਗਾ ਮੁਨਾਫਾ ਜਿਹੜਾ ਕਿ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਅਮਰੀਕਾ ਵੱਲੋਂ ਬੈਨ ਕੀਤੇ ਗਏ ਕੈਮੀਕਲਾਂ ਦੀ ਵਰਤੋਂ ਪੂਰਨ ਤੌਰ ਤੇ ਬੰਦ ਕਰਨ ਤੋਂ ਬਾਅਦ ਇਹ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਨੇ। ਇਸ ਤੋਂ ਪਹਿਲਾਂ ਅਮਰੀਕਾ ਦੀ ਗੱਲ ਕੀਤੀ, ਯੂਰਪ ਦੀ ਗੱਲ ਕਰੀਏ, ਇਹਨਾਂ ਯੂਨੀਅਨਾਂ ਵਿੱਚ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕ ਦੀ ਮਾਤਰਾ ਕਿਤੇ ਜ਼ਿਆਦਾ ਪਾਈ ਜਾਂਦੀ ਸੀ ਤੇ ਚੌਲ ਜਿਹੜੇ ਸੀ ਇਹ ਖਰੀਦਣ ਤੋਂ ਵਪਾਰੀ ਕਿਨਾਰਾ ਕਰ ਗਏ। ਦੇਸ਼ ਕਹਿੰਦੇ ਅਸੀਂ ਇਹ ਚੌਲ ਨਹੀਂ ਖਰੀਦਣੇ। ਪਰ ਜਦੋਂ ਹੁਣ ਦੁਬਾਰਾ ਮੰਗ ਵਧੀ ਹੈ, ਕਿਸਾਨਾਂ ਵਾਸਤੇ ਚੰਗਾ ਸੰਕੇਤ ਆ। ਜਿੱਥੇ ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਡੁੱਬ ਚੁੱਕੀ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੈਸੇਜ ਆਉਣਾ, ਇੱਕ ਸੁਨੇਹਾ ਆਉਣਾ ਕਿਤੇ ਨਾ ਕਿਤੇ ਕਿਸਾਨਾਂ ਵਾਸਤੇ ਇੱਕ ਸੁੱਖ ਦਾ ਸਾਹ ਹੈ। ਪਰ ਔਰਗੈਨਿਕ ਖੇਤੀ ਜਿਹੜੀ ਹੈ ਇਸ ਨੂੰ ਪਹਿਲੇ ਤੌਰ ਤੇ ਤਰਜੀਹ ਜੇਕਰ ਕਿਸਾਨ ਦਿੰਦੇ ਨੇ ਤਾਂ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਫਸਲਾਂ ਦਾ ਵੱਡਾ ਫਾਇਦਾ ਮਿਲੂਗਾ, ਵੱਡੇ ਪੈਸੇ ਮਿਲਣਗੇ ਤੇ ਖੇਤੀ ਇੱਕ ਵਾਰ ਫਿਰ
ਚੰਗੀ ਤਰ੍ਹਾਂ ਵਿਕਸਿਤ ਹੋ ਸਕੇਗੀ। ਪੰਜਾਬ ਦੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਹਾਲਾਤਾਂ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਰੋਨਾ ਨਾਲ ਇੱਕ ਬੰਦੇ ਦੀ ਹੋਰ ਮੌਤ ਹੋ ਗਈ ਹੈ ਤੇ ਹੁਣ ਮੌਤਾਂ ਦਾ ਆਂਕੜਾ 125 ਪਹੁੰਚ ਗਿਆ। 125 ਬੰਦੇ ਜਿਹੜੇ ਕਿ ਕੋਰੋਨਾ ਵਾਇਰਸ ਦੇ ਨਾਲ ਆਪਣੀ ਜਾਨ ਦੇ ਚੁੱਕੇ ਹੈ। ਇੱਕ ਜਿਹੜਾ ਇਹ ਵਿਅਕਤੀ ਆ ਪੰਜਾਬ ਦੇ ਨਾਲ ਇਹ ਸੰਬੰਧਿਤ ਕਿਸ ਇਲਾਕੇ ਤੋਂ ਤੁਹਾਨੂੰ ਦੱਸ ਦਈਏ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 46 ਸਾਲ ਦਾ ਇਹ ਬੰਦਾ ਹੈ। ਇਲਾਜ ਇਹਦਾ ਲੁਧਿਆਣੇ ਦੇ ਵਿੱਚ ਚੱਲਦਾ ਸੀ। ਰਾਜ ਵਿੱਚ ਹੁਣ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਮਾਫ਼ ਕਰਨਾ 99 ਹੋ ਗਈ ਹੈ। 125 ਪਹਿਲਾਂ ਮੈਂ ਬੋਲ ਗਿਆ ਸੀ ਪਰ 99 ਜੋ ਆਂਕੜਾ ਸਾਡੇ ਕੋਲ ਪਹੁੰਚਿਆ। ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ 31 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਉੱਥੇ ਹੀ ਗੱਲ ਕੀਤੀ ਜਾਵੇ ਜਲੰਧਰ ਦੇ ਅੰਦਰ 14 ਵਿਅਕਤੀ, ਲੁਧਿਆਣੇ ਦੇ ਵਿੱਚ 14 ਵਿਅਕਤੀ, ਯਾਨੀ ਕਿ 99 ਚੋਂ 59 ਜਿਹੜੇ ਲੋਕ ਨੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੌਤ ਦਾ ਆਂਕੜਾ। ਇਹਦੇ ਨਾਲ ਹੀ ਰਾਜ ਵਿੱਚ 125 ਨਵੇਂ ਕੇਸ ਜਿਹੜੇ ਕਿ ਨਿਕਲ ਕੇ ਆਏ ਨੇ। ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਇਸ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੋਇਆ, 44 ਕੇਸ। ਉੱਥੇ ਹੀ ਅੰਮ੍ਰਿਤਸਰ ਦੇ ਵਿੱਚ 21, ਫਾਜ਼ਿਲਕਾ ਚ 19, ਸੰਗਰੂਰ ਚ 15, ਜਲੰਧਰ ਚ 8, ਗੁਰਦਾਸਪੁਰ ਚ 5, ਮੋਹਾਲੀ ਚ 4, ਨਵਾਂ ਸ਼ਹਿਰ ਦੇ ਵਿੱਚ 3, ਫਰੀਦਕੋਟ, ਮੁਕਤਸਰ, ਰੂਪਨਗਰ ਦੇ ਵਿੱਚ 2, ਸੰਗਰੂਰ ਦੇ ਵਿੱਚ 1 ਕੇਸ ਨਵਾਂ ਜਿਹੜਾ ਹੈ ਦਰਜ ਕੀਤਾ ਗਿਆ। ਸੋ ਬੇਸ਼ੱਕ ਪੰਜਾਬ ਦੀ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਰੋਕਣ ਵਾਸਤੇ ਵੱਡੇ ਤੇ ਚੰਗੇ ਪੁਖਤਾ ਕਦਮ ਚੱਕੇ ਨੇ। ਵਿਰੋਧੀਆਂ ਨੇ ਬੇਸ਼ੱਕ ਕਾਫੀ ਗੱਲਾਂ ਇਸ ਪੂਰੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਹੀਆਂ ਨੇ, ਪਰ ਕਿਤੇ ਨਾ ਕਿਤੇ ਚੰਗੇ ਸੰਕੇਤ ਪੰਜਾਬ ਦੇ ਲੋਕਾਂ ਵਾਸਤੇ ਨੇ। ਪੰਜਾਬ ਦੇ ਲੋਕ ਹੁਣ ਕਿਤੇ ਸੁੱਖ ਦਾ ਸਾਹ ਲੈ ਰਹੇ ਨੇ ਕਿ ਸਾਡੇ ਸੂਬੇ ਵਿੱਚ ਕੋਰੋਨਾ ਵਾਇਰਸ ਨੂੰ ਠੱਲ ਪਾਉਣ ਦੇ ਵਿੱਚ ਪੰਜਾਬ ਨੇ ਜਿਹੜਾ ਕਿ ਬਹੁਤ ਵੱਡਾ ਇੱਕ ਚੰਗਾ ਰੋਲ ਅਦਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਰਵਦਲੀ ਬੈਠਕ ਦਾ ਆਯੋਜਨ ਕੀਤਾ। ਸੋ ਇਸ ਤਰ੍ਹਾਂ ਦੀਆਂ ਇੱਕ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਇਸ ਗੱਲ ਨੂੰ ਲੈ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਸਾਰੇ ਦਲਾਂ ਨੂੰ ਇਕੱਠੇ ਕਰਨਾ ਚਾਹੁੰਦੇ ਨੇ। ਕੇਂਦਰ ਨੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ। ਇਹਦੀ ਜੋ ਆਰਡੀਨੈਂਸ ਦੀ ਕਾਪੀਆਂ ਨੇ ਸਾਹਮਣੇ ਤੁਸੀਂ ਪੜ੍ਹੀਆਂ ਹੋਣੀਆਂ। ਇਹਦੇ ਵਿੱਚ ਜਿੱਥੇ ਆਰਡੀਨੈਂਸਾਂ ਨੂੰ ਗੈਰ ਜੋ ਕਾਨੂੰਨੀ ਦੱਸਿਆ ਗਿਆ, ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਦੇ ਵਿੱਚ ਇਹ ਜਿਹੜੇ ਆਰਡੀਨੈਂਸ ਕੱਢੇ ਨੇ ਖੇਤੀ ਨਾਲ ਸੰਬੰਧਿਤ, 24 ਜੂਨ ਵਾਲੇ ਦਿਨ ਸਰਵਦਲੀ ਬੈਠਕ ਦਾ ਆਯੋਜਨ ਕੀਤਾ ਗਿਆ। ਕੈਪਟਨ ਨੇ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਦੱਸਿਆ। ਸੂਬੇ ਵਿੱਚ ਇਹ ਜਿਹੜੇ ਕਿ ਜੋ ਅਸਹਿਣਯੋਗ ਹੈ, ਇਸ ਤਰ੍ਹਾਂ ਦੇ ਕਦਮ ਜਿਹੜੇ ਕਿ ਸੂਬੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਚੱਕੇ ਜਾ ਰਹੇ ਨੇ, ਉਹ ਬਹੁਤ ਮਾੜੇ ਕਦਮ ਨੇ। ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਬੜੀ ਸਹਿਮਤੀ ਦੇ ਆਧਾਰ ਤੇ ਭਾਰਤ ਸਰਕਾਰ ਨੂੰ ਪੱਤਰ 'ਚ ਇਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਜਾਊਗੀ। ਅਸੀਂ ਇਹਨਾਂ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਲਾਈਵ ਫੇਸਬੁੱਕ ਦੇ ਇੱਕ ਪ੍ਰੋਗਰਾਮ ਵਿੱਚ ਕਹੀ ਹੈ। ਉਹਨਾਂ ਨੇ ਕਿਹਾ ਕਿ ਆਰਡੀਨੈਂਸਾਂ ਨੂੰ ਰੱਦ ਕਰਨਾ ਚਾਹੀਦਾ। ਉਹਨਾਂ ਨੇ ਕਲੀਅਰ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਸਰਕਾਰ ਇਹਨਾਂ ਆਰਡੀਨੈਂਸਾਂ ਦੇ ਤਹਿਤ ਫੀਸ ਤੇ ਪੇਂਡੂ ਵਿਕਾਸ ਫੰਡ ਦੇ ਤੌਰ ਤੇ ਕਰੀਬ 3500 ਕਰੋੜ ਰੁਪਏ ਦੀ ਜੋ ਆਮਦਨ ਹੁੰਦੀ ਹੈ ਇਸ ਨੂੰ ਨੁਕਸਾਨ ਕਰੂਗਾ। ਇਸ ਪੈਸੇ ਦੇ ਨਾਲ ਜਿੱਥੇ ਪੇਂਡੂ ਖੇਤਰਾਂ ਦੇ ਵਿੱਚ ਵਿਕਾਸ ਹੁੰਦੇ ਨੇ, ਸੜਕਾਂ ਬਣਦੀਆਂ ਨੇ, ਲਿੰਕ ਰੋਡ ਬਣਦੇ ਨੇ, ਇਹ ਸਭ ਬੰਦ ਹੋ ਜਾਣਗੇ। ਇਹ ਵੱਡਾ ਨੁਕਸਾਨ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਦਾ ਕਰਨਾ ਚਾਹੁੰਦੀ ਹੈ। ਸੋ ਸਰਵਦਲੀ ਬੈਠਕ ਦੇ ਵਿੱਚ ਹੁਣ ਦੇਖਦੇ ਹਾਂ ਕਿ ਕੀ ਫੈਸਲੇ ਲਏ ਜਾਂਦੇ ਨੇ। ਇਹਨਾਂ ਫੈਸਲੇ ਦੇ ਉੱਪਰ ਗੌਰ ਕੀਤੀ ਜਾਊਗੀ ਤੇ ਬਹੁਤ ਜਲਦ ਇੱਕ ਪੱਤਰ ਜਿਹੜਾ ਕਿ ਮੋਦੀ ਸਰਕਾਰ ਨੂੰ ਭੇਜਿਆ ਜਾਊਗਾ। ਗੁਰਦਾਸਪੁਰ ਦੇ ਵਿੱਚ ਫੌਜੀ ਜਵਾਨ ਦੀ ਡਿਊਟੀ ਦੌਰਾਨ ਬਿਮਾਰੀ ਨਾਲ ਮੌਤ ਹੋ ਗਈ। ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਇਸ ਜਵਾਨ ਦਾ ਅੰਤਮ ਸੰਸਕਾਰ। ਗੁਰਦਾਸਪੁਰ ਦੇ ਵਿੱਚ ਪੈਂਦਾ ਕਸਬਾ ਦੀਨਾਨਗਰ, ਜਿੱਥੇ ਪਿੰਡ ਭੋਲੇ ਦਾ ਰਹਿਣ ਵਾਲਾ 23 ਸਾਲ ਦਾ ਫੌਜੀ ਜੋਗੇਸ਼ਵਰ ਜੋ ਡਿਊਟੀ ਦੇ ਉੱਪਰ ਬਿਮਾਰ ਹੋਇਆ, ਉਸਦੀ ਮੌਤ ਹੋ ਗਈ। ਤੇ ਇਹ 3 ਸਾਲ ਪਹਿਲਾਂ ਇਹ ਫੌਜ ਦੇ ਵਿੱਚ ਭਰਤੀ ਹੋਇਆ ਸੀ, 3 ਸਾਲ ਪਹਿਲਾਂ। ਤੇ ਉੱਥੇ ਹੀ ਭਰਤੀ ਅਤੇ COD ਜਬਲਪੁਰ ਦੇ ਵਿੱਚ ਡਿਊਟੀ ਦੇ ਰਿਹਾ ਸੀ। ਜਬਲਪੁਰ ਦੇ ਵਿੱਚ ਮਾਪਿਆਂ ਦਾ ਕੱਲਾ ਮੁੰਡਾ ਸੀ ਜਵਾਨ ਜੋਗੇਸ਼ਵਰ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਫੌਜੀ ਨੌਜਵਾਨ ਦੇ ਮੌਤ ਤੋਂ ਬਾਅਦ। ਤੇ ਅੱਜ ਪਿੰਡ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਜਵਾਨ ਦਾ ਅੰਤਮ ਸੰਸਕਾਰ ਕੀਤਾ ਗਿਆ।
इस मौके दे शहीद नूं श्रद्धांजलि भेंट करन वास्ते पहुंचे जो फौज दे नायक सन मक्खण सिंह ने दस्सिया कि जवान बहुत ही ईमानदारी नाल ड्यूटी करदा सी। काफी टाइम तो जिहड़ा बीमार चल रहा सी, आर्मी हस्पताल विच उसका इलाज भी चलता सी, हालत दिन पर दिन खराब हो रही सी जिस करके उसकी मौत हो गई है। तो उन्होंने अंतिम संस्कार विच जिथे वड्डे वड्डे आला अफसर पहुंचे ने उत्थे ही फौज के भी वड्डे वड्डे लीडर जो अफसर ने वह भी उत्थे पहुंचे सन। तो गुरदासपुर तो साडे पत्रकार जतेंद्र कुंदल ने खास तौर पर गलबात की है मक्खण सिंह जो नायक ने, शक्ति सिंह जवान के जो पिता ने, रवि रविंदर विक्की जो एक समाज सेवी ने, उन्होंने गलबात की। आओ साडे एक खास रिपोर्ट है, आओ पहले ये पर निगाह करते हैं, उस तो बाद फिर गल करते हैं अगली खबर। जवान का कुछ नहीं, ये उड़ना सपोर्ट में भर्ती था तो जो अभी कुछ दिन बीमार हो गया था, मतलब ड्यूटी करते समय तो जिसके कारण मुझे एक्सपायर हो गए। कब डेथ हुई थी इनकी? मेरा बेटा अकेला अकेला ही, तो मैंने 16 तरीक नूं मेरे बेटे नाल मेरी गल हुई है चंगी वाली फोन पर, बिल्कुल सही सलाम थी। 16 तरीक मैंने यूनिट जो फोन आया कि तेरे मुंडे की जी हालत है थोड़ी खराब हो गई है, तो तुम आके नूं मिलो। तो मैं 16 तरीक नूं रात में फ्लाइट फड़ के 17 तरीक सवेरे जबलपुर उसे यूनिट पहुँच गया जी। मैच उत्थे जाके देखा तो मेरे मुंडे की हालत ज़्यादा नच गई, वो ICU वार्ड से भर्ती थे, अं उन्होंने मिले जाके, तो बाद मिलने के बाद कोई उन्होंने होश नहीं की। तो मैं ये दरखास्त करना कि अब मेरे बेटे के बाद मेरी एक गुड़िया है जिन्हें BSC कर रखी है, तो उन्होंने अगर नौकरी मिल जाए तो मैं थोड़ी मेहरबान होगा सरकार कर, धन्यवाद कर रहा। ਕਿੰਨਾ ਚਿਰ ਪਹਿਲਾਂ ਇਹ ਭਰਤੀ ਹੋਈ ਸੀ? ਇਹ 3 ਸਾਲ ਦੀ, 3 ਸਾਲ ਹੋ ਗਿਆ ਪੂਰਾ, 4th ਨੂੰ ਚੱਲ ਪਿਆ ਹੁਣ 3 ਸਾਲ ਹੋ ਗਏ। ਬਿਮਾਰ ਕਿੱਦਾਂ ਹੋ ਗਈ? ਇਹ ਸਿਰਫ ਨਾਰਮਲ ਨੂੰ ਬਿਮਾਰ ਕੀ ਹੋਇਆ ਕਿ ਖਾਂਸੀ ਆਉਂਦੀ ਰਹੀ ਹੈ, ਅਤੇ ਪਹਿਲੇ ਯੂਨਿਟ 'ਚ ਐਡਮਿਟ ਕੀਤਾ ਉਹਨੂੰ, ਪਹਿਲੇ ਯੂਨਿਟ 'ਚ ਦਿਖਾਇਆ ਸਿੱਖ ਰਿਪੋਰਟ, ਸਿੱਖ ਰਿਪੋਰਟ 2 ਵਾਰੀ ਗਿਆ, ਉਹਦੇ ਬਾਅਦ 3 ਵਾਰ ਡਾਕਟਰ ਨੇ ਰੈਫਰ ਕਰਤਾ ਉਹਨੂੰ MH, ਅਤੇ MH ਜਾ ਕੇ ਕਰਕੇ ਉਹਨਾਂ ਨੇ ਫਿਰ ਉਹਨੂੰ ਜਿੱਦਾਂ ਟੈਸਟ ਕੀਤਾ ਅਤੇ ਇਹਦੇ ਲੰਗਸ 'ਚ ਪ੍ਰੋਬਲਮ ਆਈ ਹੈ, ਅਤੇ ਲੰਗਸ 'ਚ ਪ੍ਰੋਬਲਮ ਆਉਣ ਨਾਲ ਫਿਰ ਇਹਦੀ ਟ੍ਰੀਟਮੈਂਟ ਚਲਿਆ, ਕਹਿੰਦੇ ਡਾਕਟਰ ਨੇ ਕੀਤਾ ਕਿਹਾ ਕਿ ਇਹਨੂੰ TV ਹੋ ਗਿਆ, ਅਤੇ TV ਦੇ ਚੱਕਰ ਫਿਰ ਇਹਦਾ ਕੇਸ ਚਲਿਆ। ਮੈਂ 2 ਹਫ਼ਤੇ ਨੇ ਦਵਾਈ ਖਾਧੀ ਹੈ, ਉਹ 3 ਹਫ਼ਤੇ ਦੀ ਹਾਲਤ ਥੋੜ੍ਹੀ ਸੀਰੀਅਸ ਹੋ ਗਈ। ਸੇਵਾ ਕਰ ਰਿਹਾ ਸੀ, ਡਿਊਟੀ ਦੇ ਰਿਹਾ ਸੀ, ਤੇ ਬਿਮਾਰ ਹੋਣ ਕਰਕੇ ਇਸ ਦੀ ਮੌਤ ਹੋ ਗਈ ਹੈ। ਤੇ ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ। ਜੇਕਰ ਤੁਸੀਂ ਖਬਰਾਂ ਪੜ੍ਹਨੀਆਂ, ਸੁਣਨੀਆਂ, ਦੇਖਣੀਆਂ ਤਾਂ ਤੁਸੀਂ ਸਾਡੀ ਵੈਬਸਾਈਟ ਦੇ ਉੱਪਰ ਜਾ ਸਕਦੇ ਹੋ, www.aajnews.com ਦੇ ਉੱਪਰ ਵੀ ਜਾ ਕੇ ਤੁਸੀਂ ਸਾਰੀ ਖਬਰਾਂ ਦਾ ਵਿਸਥਾਰ ਲੈ ਸਕਦੇ ਹੋ। ਤੇ ਹੁਣ ਪਰਮਜੀਤ ਸਿੰਘ ਭਗਨੇ ਨੂੰ ਦਓ ਇਜਾਜ਼ਤ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰਦਾਰ ਗੁਰਜੀਤ ਸਿੰਘ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ